ਦੋਸਤੋ ਸਿੱਧੂ ਮੂਸੇਵਾਲੇ ਨੂੰ ਚਾਹੁਣ ਅਤੇ ਪਿਆਰ ਕਰਨ ਵਾਲੇ ਦੋਸਤ ਆਪਣੇ ਚੈਨਲ ਧੜਕਣ ਪੰਜਾਬੀ ਨੂੰ ਜਲਦੀ ਤੋਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਨਵੀਆਂ ਵੀਡੀਓਜ਼ ਰੋਜ਼ ਦੇਖਣਾ। ਇੱਥੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇੱਕ ਹੋਰ ਪੰਜਾਬੀ ਆਰਟਿਸਟ ਸਿੱਧੂ ਮੂਸੇਵਾਲੇ ਦੀ ਸਪੋਰਟ ਵਿੱਚ ਆ ਗਏ ਹਨ ਅਤੇ ਖੁੱਲ੍ਹ ਕੇ ਸਿੱਧੂ ਨੂੰ ਸਪੋਰਟ ਕੀਤਾ ਹੈ। ਸਿੱਧੂ ਮੂਸੇਵਾਲਾ ਜੋ ਕਿ ਕਿਹਾ ਜਾ ਸਕਦਾ ਹੈ ਕਿ ਅੱਜ ਕੱਲ੍ਹ ਪੰਜਾਬੀ ਮਿਊਜ਼ਿਕ ਇੰਡਸਟਰੀ ਉੱਤੇ ਇੱਕ ਤਰ੍ਹਾਂ ਨਾਲ ਰਾਜ ਕਰ ਰਹੇ ਹਨ ਅਤੇ ਹਰ ਪਾਸੇ ਉਹਨਾਂ ਦੇ ਹੀ ਗੀਤ ਸੁਣਨ ਨੂੰ ਮਿਲਦੇ ਹਨ। ਸਿੱਧੂ ਮੂਸੇਵਾਲੇ ਦੀ ਫੈਨ ਫੋਲੋਇੰਗ ਵੀ ਕਿਸੇ ਵੀ ਦੂਸਰੇ ਗਾਇਕ ਤੋਂ ਜ਼ਿਆਦਾ ਦੇਖੀ ਜਾ ਸਕਦੀ ਹੈ ਅਤੇ ਉਹਨਾਂ ਦਾ ਕੋਈ ਵੀ ਗਾਣਾ ਅਨੁਸਾਰ ਹੀ ਸੁਪਰਹਿਟ ਹੋ ਜਾਂਦਾ ਹੈ। ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਧੱਕਾ ਜੋ ਕਿ ਰਿਲੀਜ਼ ਹੋਣ ਤੋਂ ਪਹਿਲਾਂ ਹੀ ਲੀਕ ਹੋ ਗਿਆ, ਬਹੁਤ ਜ਼ਿਆਦਾ ਵਾਇਰਲ ਵੀ ਹੋਇਆ। ਇਸ ਗਾਣੇ ਦੇ ਹੱਕ ਵਿੱਚ ਜਿੱਥੇ ਫੈਨਸ ਨੇ ਕਾਫੀ ਵੀਡੀਓਜ਼ ਬਣਾ ਕੇ ਪਾਈਆਂ, ਉੱਥੇ ਹੀ ਇਸ ਦੇ ਖਿਲਾਫ ਵੀ ਕਈ ਲੋਕ ਬੋਲਣ ਲੱਗੇ ਕਿ ਸਿੱਧੂ ਨੇ ਇਹ ਗਾਣਾ ਸਹੀ ਨਹੀਂ ਗਾਇਆ। ਤੇ ਉੱਥੇ ਹੀ ਕੁਝ ਸਮਾਂ ਪਹਿਲਾਂ ਸਿੱਧੂ ਮੂਸੇਵਾਲੇ ਨਾਲ ਤਕਰਾਰ ਵਿੱਚ ਪੈਣ ਵਾਲੀ ਆਰਟਿਸਟ ਸੋਨੀ ਮਾਨ ਨੇ ਹੁਣ ਸਿੱਧੂ ਮੂਸੇਵਾਲੇ ਦੀ ਸਪੋਰਟ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜੀ ਹਾਂ ਦੋਸਤੋ, ਦੱਸ ਦਈਏ ਕਿ ਸੋਨੀ ਮਾਨ ਨੇ ਮੁੱਖ ਮੰਤਰੀ ਨਾਮ ਦੇ ਨਵੇਂ ਕਲਾਕਾਰ ਦੇ ਨਾਲ ਮਿਲ ਕੇ ਸਿੱਧੂ ਮੂਸੇਵਾਲੇ ਦੇ ਗਾਣੇ ਡੈਵਲ ਦਾ ਜਵਾਬ ਦਿੱਤਾ ਸੀ, ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਫੈਨਸ ਵੱਲੋਂ ਸੋਸ਼ਲ ਮੀਡੀਆ ਉੱਤੇ ਹੀ ਸੋਨੀ ਮਾਨ ਅਤੇ ਮੁੱਖ ਮੰਤਰੀ ਦੀ ਚੰਗੀ ਤਰ੍ਹਾਂ ਨਾਲ ਲਾਪਾਵੀ ਕੀਤੀ ਗਈ ਸੀ ਤੇ ਸਿੱਧੂ ਮੂਸੇਵਾਲੇ ਨੇ ਖੁਦ ਵੀ ਆਪਣੀ ਲਾਈਵ ਸ਼ੋਅ ਵਿੱਚ ਇਸ ਗਾਣੇ ਦਾ ਠੋਕੇ ਜਵਾਬ ਦਿੱਤਾ ਸੀ। ਹੁਣ ਸੋਨੀ ਮਾਨ ਨੇ ਇੱਕ ਲਾਈਵ ਵੀਡੀਓ ਪਾ ਕੇ ਇਨਡਾਇਰੈਕਟ ਵੇ ਨਾਲ ਸਿੱਧੂ ਨੂੰ ਸਪੋਰਟ ਕੀਤਾ ਹੈ। ਤੁਸੀਂ ਖੁਦ ਇਸ ਵੀਡੀਓ ਵਿੱਚ ਦੇਖ ਸਕਦੇ ਹੋ। ਦੱਸ ਦਈਏ ਕਿ ਸੋਨੀ ਮਾਨ ਨੇ ਜਦੋਂ ਮੁੱਖ ਮੰਤਰੀ ਨਾਲ ਮਿਲ ਕੇ ਡੈਵਲ ਗਾਣੇ ਤੇ ਰਿਪਲਾਈ ਕੀਤਾ ਤਾਂ ਸਿੱਧੂ ਦੇ ਫੈਨਸ ਦੀ ਪ੍ਰਤੀਕਿਰਿਆ ਦੇਖ ਕੇ ਉਹਨਾਂ ਨੇ ਸੋਸ਼ਲ ਮੀਡੀਆ ਤੋਂ ਹੀ ਸਭ ਤੋਂ ਮਾਫੀ ਵੀ ਮੰਗ ਲਈ ਸੀ। ਪਰ ਸਿੱਧੂ ਮੂਸੇਵਾਲੇ ਨੇ ਦੁਬਾਰਾ ਇਹਨਾਂ ਦੋਵਾਂ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਤੇ ਗੱਲ ਉੱਥੇ ਹੀ ਦੱਬ ਗਈ ਸੀ ਅਤੇ ਉਸ ਤੋਂ ਬਾਅਦ ਸੋਨੀ ਮਾਨ ਨੇ ਕੋਈ ਵੀ ਗਾਣਾ ਨਹੀਂ ਕੀਤਾ। ਹੁਣ ਜਦੋਂ ਸੋਨੀ ਮਾਨ ਨੇ ਸਿੱਧੂ ਮੂਸੇਵਾਲੇ ਦੇ ਜੱਟੀ ਜਿਉਣੇ ਮੌਲ ਵਰਗੀ ਸੌਂਗ ਉੱਤੇ ਨੱਚ ਕੇ ਵੀਡੀਓ ਪਾਈ ਤਾਂ ਸਿੱਧੂ ਦੇ ਫੈਨਸ ਵੱਲੋਂ ਇਸ ਨੂੰ ਪਬਲਿਸਿਟੀ ਸਟੰਟ ਵੀ ਕਿਹਾ ਜਾ ਰਿਹਾ ਹੈ। ਪਰ ਸੋਨੀ ਮਾਨ ਨੇ ਹੁਣ ਕਿਸੇ ਵੀ ਫੈਨ ਨੂੰ ਜਵਾਬ ਦੇਣਾ ਸਹੀ ਨਹੀਂ ਸਮਝਿਆ ਤੇ ਉਹ ਵੀਡੀਓ ਪਾਉਣ ਤੋਂ ਬਾਅਦ ਇਸ ਗਾਣੇ ਬਾਰੇ ਕੁਝ ਵੀ ਨਹੀਂ ਬੋਲੀ। ਦੋਸਤੋ, ਤੁਹਾਨੂੰ ਕੀ ਲੱਗਦਾ ਹੈ ਕਿ ਸੋਨੀ ਮਾਨ ਨੇ ਸਿਰਫ ਪਬਲਿਸਿਟੀ ਲਈ ਸਿੱਧੂ ਮੂਸੇਵਾਲੇ ਦੀ ਸਪੋਰਟ ਕੀਤੀ ਹੋਵੇਗੀ? ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੱਸਣਾ। ਧੰਨਵਾਦ, ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ।